ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਦੇ ਹਾਂ ਅੱਜ 9 ਮਈ ਦੀ, ਕਿ ਅੱਜ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਵੇਰ ਤੋਂ ਸ਼ਾਮ ਤੱਕ। ਸਵੇਰ ਦੇ 6 ਵਜੇ ਦੇ ਆਸ ਪਾਸ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਿਹਾ, ਮੌਸਮ ਫਿਲਹਾਲ ਸਾਫ਼ ਬਣਿਆ ਹੋਇਆ, ਹਵਾ ਥੋੜ੍ਹੀ ਜਿਹੀ ਤੇਜ਼ ਗਤੀ 'ਤੇ ਚੱਲ ਰਹੀ ਹੈ ਪੂਰਵ ਦਿਸ਼ਾ ਤੋਂ ਹੀ, ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਕਿ ਲਗਭਗ 3-4 ਦਿਨ ਹੁਣ ਪੂਰਬੀ ਹਵਾਵਾਂ ਥੋੜ੍ਹਾ ਜਿਹਾ ਤੇਜ਼ ਰਫ਼ਤਾਰ 'ਤੇ ਵਗਣਗੀਆਂ, ਜਿਵੇਂ ਕਿ ਕੱਲ੍ਹ 8 ਮਈ ਨੂੰ ਵੀ ਤੇਜ਼ ਹਵਾ ਵਗੀ, ਅੱਜ ਵੀ ਤੇਜ਼ ਵਗੇਗੀ ਜਿਹੜੀ ਕਿ ਦੁਪਹਿਰ ਤੱਕ ਜਾਰੀ ਰਹੇਗੀ। ਦੁਪਹਿਰ ਤੋਂ ਬਾਅਦ ਹਵਾਵਾਂ ਨੂੰ ਠੱਲ ਪਵੇਗੀ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੁੰਮਸ ਵਾਲਾ ਮਾਹੌਲ ਆ ਜਿਹੜਾ ਬਣ ਜੂਗਾ, ਕਿਉਂਕਿ ਪੂਰਬੀ ਹਵਾਵਾਂ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਹਵਾਵਾਂ ਚੱਲਦੇ ਨੇ ਉਦੋਂ ਤੱਕ ਤਾਂ ਮੌਸਮ ਠੀਕ ਰਹਿੰਦਾ, ਪਰ ਜਦੋਂ ਹਵਾ ਰੁਕ ਜਾਂਦੀ ਹੈ ਜਿਹੜੀ ਨਮੀ ਹੁੰਦੀ ਹੈ ਉਹ ਹੁੰਮਸ ਦਾ ਰੂਪ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਕਰਦੇ, ਜਿਹਦੇ ਕਰਕੇ ਗਰਮੀ ਦਾ ਅਨੁਭਵ ਥੋੜ੍ਹਾ ਜਿਹਾ ਜ਼ਿਆਦਾ ਹੋਣ ਲੱਗ ਜਾਂਦਾ ਹੈ, ਜਦਕਿ ਟੈਂਪਰੇਚਰ ਜ਼ਿਆਦਾ ਨਹੀਂ ਹੁੰਦੇ। ਹਾਲਾਂਕਿ ਟੈਂਪਰੇਚਰ 40-41 ਡਿਗਰੀ ਤੱਕ ਪਹੁੰਚੇ ਸੀ, ਉਹ 1-2 ਡਿਗਰੀ ਕੁਝ ਜ਼ਿਲ੍ਹਿਆਂ ਦੇ ਵਿੱਚ ਘਟੇ ਵੀ ਨੇ ਇਸ ਹਵਾਵਾਂ ਦੇ ਕਰਕੇ, ਪਰ ਹੁੰਮਸ ਥੋੜ੍ਹੀ ਜਿਹੀ ਵੱਧ ਗਈ ਹੈ। ਫਿਲਹਾਲ ਕੋਈ ਵੱਡਾ ਤਕੜਾ ਮੌਸਮੀ ਸਿਸਟਮ ਨਹੀਂ ਹੈ, ਮੌਸਮ ਠੀਕ ਠਾਕ ਰਹੇਗਾ। ਜ਼ਿਆਦਾਤਰ 80-90% ਅਸਾਰ ਨੇ ਕਿ ਮੌਸਮ ਅੱਜ ਸਾਫ਼ ਅਤੇ ਖੁਸ਼ਕ ਰਹੇਗਾ, ਕੁਝ 10-15% ਅਸਾਰ ਅਜਿਹੇ ਬਣ ਸਕਦੇ ਨੇ ਕਿ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਬਣਨ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਬਣ ਸਕਦੀ ਹੈ। ਕਾਰਨ ਕੀ ਹੋਵੇਗਾ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਕਿ ਜਦੋਂ ਟੈਂਪਰੇਚਰ ਹਾਈ ਹੁੰਦਾ ਹੈ, ਨਮੀ ਥੋੜ੍ਹੀ ਜਿਹੀ ਕਿਸੇ ਇਲਾਕੇ ਦੇ ਵਿੱਚ ਖਾਸ ਇਲਾਕੇ ਦੇ ਵਿੱਚ ਵੱਧ ਜਾਂਦੀ ਹੈ, ਤਾਂ ਉੱਥੇ ਫਿਰ ਗਰਜ ਚਮਕ ਵਾਲੇ ਨੀਵੇਂ ਬੱਦਲ ਬਣ ਜਾਂਦੇ ਨੇ, ਜਿਨ੍ਹਾਂ ਦੇ ਚੱਲਦੇ ਗਰਜ ਚਮਕ ਹੁੰਦੀ ਹੈ, ਹਨੇਰੀ ਵੀ ਆ ਜਾਂਦੀ ਹੈ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਅਤੇ ਸ਼ਰਾਟੇਦਾਰ ਮੀਂਹ ਵੀ ਦੇਖਣ ਨੂੰ ਮਿਲ ਜਾਂਦਾ। ਕਈ ਵਾਰ ਕੀ ਹੁੰਦਾ, ਮੀਂਹ ਨਹੀਂ ਪੈਂਦਾ, ਕੇਵਲ ਬੱਦਲਬਾਈ ਨਾਲ ਹਨੇਰੀ ਚੱਲ ਕੇ ਮੌਸਮ ਸਾਫ਼ ਹੋ ਜਾਂਦਾ ਹੈ। ਸੋ ਅਜਿਹੀਆਂ ਅਚਾਨਕ ਮੌਸਮੀ ਗਤੀਵਿਧੀਆਂ ਜਿਹੜੀ 1-2 ਘੰਟੇ ਦੇ ਵਿੱਚ ਹੀ ਹੋ ਕੇ ਪੂਰੀ ਤਰ੍ਹਾਂ ਫਿਰ ਮੌਸਮ ਠੀਕ ਹੋ ਜਾਂਦਾ ਹੈ, ਸੋ ਅਜਿਹੀ ਸੰਭਾਵਨਾ ਬਣ ਸਕਦੀ ਹੈ ਕਿਸੇ ਵੀ ਖੇਤਰ ਦੇ ਵਿੱਚ ਜਿਸ ਖਾਸ ਇਲਾਕੇ ਦੇ ਵਿੱਚ ਨਮੀ ਥੋੜ੍ਹੀ ਜਿਹੀ ਜ਼ਿਆਦਾ ਵਧੇਗੀ ਬਾਕੀ ਹਿੱਸਿਆਂ ਦੇ ਮੁਕਾਬਲੇ। ਸੋ ਅਜਿਹੇ ਚਾਂਸ ਜ਼ਿਆਦਾਤਰ ਦੁਪਹਿਰ ਬਾਅਦ ਸ਼ਾਮ ਦੇ ਆਸ ਪਾਸ ਬਣਦੇ ਹੁੰਦੇ ਨੇ। ਇਹਦੀ ਕੋਈ ਜੇਕਰ ਜਿਵੇਂ ਅਪਡੇਟ ਬਣੇਗੀ ਉਹ ਤੁਹਾਨੂੰ ਆਪਾਂ ਸਪੈਸ਼ਲ ਤੌਰ 'ਤੇ ਜਾਣਕਾਰੀ ਦੇ ਵਿੱਚ ਸਾਂਝੀ ਜ਼ਰੂਰ ਕਰਾਂਗੇ। ਸੋ ਫਿਲਹਾਲ ਮੌਸਮ ਹਲੇ ਠੀਕ ਠਾਕ ਹੈ, ਜਿਹੜਾ ਅਗਲਾ ਸਿਸਟਮ ਬਣ ਰਿਹਾ ਉਹ ਲਗਭਗ 11 ਮਈ ਤੋਂ ਬਾਅਦ ਬਣ ਰਿਹਾ ਹੈ, ਕਿਉਂਕਿ ਹੁਣ 2-3 ਦਿਨ ਹਵਾ ਪੂਰਬੀ ਚੱਲੇਗੀ, ਨਮੀ ਇਕੱਠੀ ਹੁੰਦੀ ਰਹੇਗੀ, ਜ਼ਿਆਦਾ ਜਦੋਂ ਨਮੀ ਬਣੇਗੀ ਤਾਂ ਉਸ ਤੋਂ ਬਾਅਦ ਇੱਕ ਤਕੜਾ ਸਿਸਟਮ ਹੈ ਜਿਹੜਾ ਪੱਛਮੀ ਖੇਤਰਾਂ ਦੇ ਆਸ ਪਾਸ ਬਣੇਗਾ, ਜਿਹਦੇ ਚੱਲਦੇ ਫਿਰ ਮੌਸਮ ਪੰਜਾਬ ਦਾ ਆਪਾਂ ਨੂੰ 11-12-13 ਮਈ ਦੇ ਦਰਮਿਆਨ ਬਦਲਿਆ ਹੋਇਆ ਦੇਖਣ ਨੂੰ ਮਿਲ ਸਕਦਾ ਅਤੇ ਮੀਂਹ ਦੇ ਹਾਲਾਤ ਬਣ ਸਕਦੇ ਨੇ। ਬਾਕੀ ਅਗਲੀ ਅਪਡੇਟ ਲੈ ਕੇ ਜਲਦੀ ਫਿਰ ਹਾਜ਼ਰ ਹੋਵਾਂਗੇ। ਸੋ ਉਦੋਂ ਤੱਕ ਲਈ ਇਜਾਜ਼ਤ ਦਿਓ, ਧੰਨਵਾਦ ਜੀ।